ਰਵਣ ਮੇਰੀ ਗੱਲ ਸੁਣ ਯਾਰ ਆਹ ਹਨ ਐਨ ਕੁ ਨੂੰ ਪਤਾ ਨਹੀਂ ਕੀ ਚੱਕਰ ਪਿਆ ਇਹ ਨਾ ਧੁੰਦਲੀ ਧੁੰਦਲੀ ਹੋ ਜਾਂਦੀ ਐ ਕੁਛ ਨਹੀਂ ਦੇਖਦਾ ਮੈਂ ਤਾਂ ਮੋਟਰਸਾਈਕਲ ਤੇ ਆਈ ਜਾਂਦਾ ਸੀਗਾ ਯਾਰ ਸੱਟ ਖਵਾਉਗੀ ਇਹ ਹੁਣ ਠੰਡ ਹੋ ਗਈ ਜੀ ਹੁਣ ਤਾਂ ਐ ਹੀ ਹੋਇਆ ਕਰੂਗਾ ਜੀ ਪਰ ਇਹਦਾ ਵੀ ਹੈਗਾ ਜੀ ਹੱਲ ਬੀ ਜੀ ਡੀ ਧੁੰਦੋ ਨਾ ਜੰਮੇ ਮਤਲਬ ਫੌਗ ਫਰੀ ਹੋ ਜਾਈ ਜਿਹੜੀ ਆਪਣੀਆਂ ਪੱਕੀ ਗੱਲ ਆ ਹੋਜੂ ਹੱਲ ਹਾਂਜੀ ਹਾਂਜੀ ਇੱਕ ਜਿਹੜੀ ਇਹਦੇ ਰਮਣ ਇੱਥੇ ਦਾਗ ਜੇ ਪਏ ਪਏ ਆਹ ਦਾਗ ਵੀ ਨਹੀਂ ਲੱਗ ਰਿਹਾ ਯਾਰ ਮੈਂ ਤਾਂ ਮਸਲ ਮਸਲ ਥੱਕ ਗਿਆ ਇਹਨਾਂ ਨੂੰ ਹਾਂਜੀ ਸਾਰੇ ਕੁਛ ਦਾ ਹੱਲ ਕਰਾਂਗੇ ਇਸ ਜੱਗ ਤੇ ਹਰੇਕ ਚੀਜ਼ ਸੰਭਵਨਾ ਜੀ ਇਹ ਕਿਹੜੀ ਚੀਜ਼ ਨਾ ਵੀ ਇਹਦੀ ਨਾਮੰਕੀਨ ਹੋਵੇ ਮੈਨੂੰ ਤਾਂ ਇਹੀ ਬੜੀ ਵੱਡੀ ਚੁਣੌਤੀ ਲੱਗ ਜਾਂਦੀ ਰਹਣ ਯਾਰ ਨਹੀਂ ਨਹੀਂ ਜੀ ਚਲੋ ਕਰਕੇ ਦਿੰਨੇ ਆਈ ਸੈਟ ਨਾਲੇ ਆਪਣੇ ਦੋਸਤਾਂ ਨੂੰ ਦੱਸਦੇ ਵੀ ਇਹਨੂੰ ਆਪਾਂ ਕਿਵੇਂ ਫੌਗ ਫਰੀ ਬਣਾ ਸਕਦੇ ਹੁਣ ਜਿਵੇਂ ਠੰਡ ਦਾ ਟਾਈਮ ਆ ਗਿਆ ਮਤਲਬ ਇਹ ਤੇ ਧੁੰਦ ਜੰਮ ਜਾਂਦੀ ਆ ਜਾਂ ਪਾਣੀ ਦੇ ਮਤਲਬ ਛਿੱਟੇ ਪਏ ਜਾਂਦੇ ਨੇ ਹੂੰ ਮਤਲਬ ਵਾਰ-ਵਾਰ ਡਿੱਕਤ ਆਉਂਦੀ ਇਹਨਾਂ ਨੂੰ ਸਾਫ਼ ਕਰਨ ਦੀ ਧੁੰਦ ਜੰਮ ਜਾਂਦੀ ਆ ਉਹ ਛਿੱਟੇ ਜੇ ਖੜ੍ਹ ਜਾਂਦੇ ਉਹ ਵੀ ਨਹੀਂ ਖੜ੍ਹਣੇ ਨਹੀਂ ਨਹੀਂ ਜੀ ਤੇ ਸਕ੍ਰੈਚ ਸਕ੍ਰੈਚ ਵੀ ਖਤਮ ਕਰਾਂਗੇ ਜੀ ਅੱਛਾ ਜੀ ਉਹ ਵੀ ਮਿਟ ਜਾਣਗੇ ਜੀ ਚ ਜੀ ਚਲੋ ਫਿਰ ਆਪਾਂ ਦੱਸ ਦਿਆਂ ਜੀ ਚਲੋ ਜੀ ਫਿਰ ਦੱਸਿਓ ਹਾਂ ਜੀ ਲਓ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੇ ਇਹਦੇ ਸਕ੍ਰੈਚ ਨੇ ਤੇ ਆਹ ਲੱਗੇ ਹੋਏ ਨੇ ਇਹਦੇ ਕੋਈ ਵੀ ਦਾਗ ਉਹ ਸਾਫ਼ ਕਰਾਂਗੇ ਜੀ ਤੇ ਹਰ ਘਰ ਵਿੱਚ ਟੁੱਥ ਪੇਸਟ ਤਾਂ ਹੁੰਦੀ ਹੁੰਦਾ ਜੀ ਤੇ ਥੋੜਾ ਜਿਹਾ ਲੈ ਲੈਣਾ ਜੀ ਆਪਾਂ ਟੁੱਥ ਪੇਸਟ ਰਮਨ ਮਤਲਬ ਆਪਾਂ ਜਿਹੜੇ ਇਹਦੇ ਪਹਿਲਾ ਸਕ੍ਰੈਚ ਵਗੈਰਾ ਨੇ ਉਹ ਸਾਫ਼ ਕਰਨੇ ਆ ਹਾਂ ਜੀ ਬਿਲਕੁਲ ਥੋੜਾ ਜਿਹਾ ਆਪਾਂ ਕਾਟਨ ਤੇ ਲਾ ਲਾਂਗੇ ਬਿਲਕੁਲ ਥੋੜਾ ਜਿਹਾ ਹਮ ਤੇ ਦੋਨੇ ਸਾਈਡਾਂ ਤੋਂ ਜਿਹੜੇ ਸੀਸੇ ਆ ਉਹ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਦਾਂਗੇ ਜੀ ਠੀਕ ਹੈ ਮਤਲਬ ਪਾਣੀ ਵਗੈਰਾ ਕੁ ਤੇ ਕਾਪ ਜਿਹੜੇ ਜਿਹੜੇ ਆਪਣੇ ਕੋਈ ਵੀ ਐਨਕ ਹੁੰਦੀ ਆਪਾਂ ਜਿੱਥੇ ਜੀ ਕਰਦਾ ਉੱਥੇ ਹੀ ਰੱਖ ਦਿੰਨੇ ਆ ਹਾਂਜੀ ਉਹਦੀ ਸੰਭਾਲ ਕਰਨੀ ਵੀ ਜ਼ਰੂਰੀ ਹੈ ਮਤਲਬ ਕੇਸ ਵਗੈਰਾ ਹੁੰਦਾ ਜਿਹੜਾ ਐਨਕ ਲਾ ਉਹਦੇ ਚ ਪਾਉਣੀ ਜ਼ਰੂਰੀ ਹੈ ਹਾਂਜੀ ਹਾਂਜੀ ਸਹੀ ਗੱਲ ਹੈ ਜੀ ਕਿਉਂਕਿ ਆਪਾਂ ਕਦੇ ਕਿਤੇ ਰੱਖਤੀ ਕਦੇ ਕਿਤੇ ਰੱਖਤੀ ਉਹਦੀ ਵਜ੍ਹਾ ਕਰਕੇ ਵੀ ਜਿਹੜੇ ਸਕ੍ਰੈਚ ਪਾਏ ਜਾਂਦੇ ਨੇ ਹਾਂਜੀ ਇਹ ਤਾਂ ਹੈ ਰਮਨ ਤੇ ਥੋੜੀ ਜੀ ਲਾ ਕੇ ਚੰਗੀ ਤਰ੍ਹਾਂ ਆਪਾਂ ਜਿਹੜੇ ਦੋਨੇ ਸ਼ੀਸ਼ੇ ਉਹ ਸਾਫ਼ ਕਰ ਲਾਂਗੇ ਜੀ ਇਹਦੇ ਨਾਲ ਲਓ ਜੀ ਇਹਨਾਂ ਦੇ ਦੋਨਾਂ ਸਾਈਡਾਂ ਤੇ ਆਪਾਂ ਚੰਗੀ ਤਰ੍ਹਾਂ ਇਹਨੂੰ ਮਾਰ ਲਿਆ ਤੇ ਤੁਸੀਂ ਦੇਖ ਸਕਦੇ ਹੋ ਵੀ ਕਾਟਨ ਕਿੰਨੀ ਜ਼ਿਆਦਾ ਬੀ ਸਾਰੀ ਜਿਹੜੀ ਲੱਗੀ ਹੋਈ ਸੀ ਤੇ ਮਿੱਟੀ ਧੂਲ ਦਾਗ ਉਹ ਸਾਰੇ ਲੈ ਚੁੱਕੇ ਨੇ ਮਤਲਬ ਰਮਣਾ ਜਿਹੜੇ ਫਰੇਮ ਦੇ ਨਾਲ ਰੇਤਾ ਮਿੱਟੀ ਲੱਗਿਆ ਸੀਗਾ ਜਾਂ ਮਤਲਬ ਆਪਣੇ ਹੱਥਾਂ ਦੇ ਫਾਜੇ ਸੀਗੇ ਉਹ ਸਾਰੇ ਸਾਫ਼ ਹੋ ਗਏ ਕਲੀਨ ਹੋ ਗਏ ਹਾਂਜੀ ਹਾਂਜੀ ਉਹ ਚੰਗੀ ਤਰ੍ਹਾਂ ਸਾਫ਼ ਹੋ ਗਏ ਹੂੰ ਤੇ ਜਿਹੜਾ ਸਪੈਕਸ ਦੇ ਨਾਲ ਆਉਂਦਾ ਜੀ ਫਾਈਬਰ ਦਾ ਕੱਪੜਾ ਹੁੰਦਾ ਜੀ ਜਿਹੜਾ ਇਹਦੇ ਨਾਲ ਵੀ ਆਪਾਂ ਇਹਨੂੰ ਸਾਫ ਕਰ ਸਕਦੇ ਆ ਜੇਕਰ ਨਾ ਹੋਵੇ ਤਾਂ ਆਪਾਂ ਜਿਹੜੇ ਨੈਪਕਿਨ ਆ ਉਹ ਵੀ ਵਰਤ ਸਕਦੇ ਆ ਜੀ ਮਾਈਕ੍ਰੋਫਾਈਬਰ ਜਿਹੜਾ ਆਉਂਦਾ ਕੱਪੜਾ ਜਿਹੜਾ ਮਾਈਕ੍ਰੋਫਾਈਬਰ ਜਿਹੜਾ ਹੁੰਦਾ ਜੀ ਕੱਪੜਾ ਇਹਦਾ ਠੀਕ ਹੈ ਜੀ ਇਹਦੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ ਕਰ ਲੈਣੇ ਨੇ ਦੋਨੇ ਸਾਈਡਾਂ ਦਾ ਤੇ ਕਈ ਵਾਰੀ ਜੇ ਜੇਕਰ ਦੋਸਤੋਂ ਨਾ ਦੇਣ ਤਾਂ ਆਪਾਂ ਉਹ ਵੀ ਐਨਕਾਲੀ ਦੁਕਾਨ ਤੋਂ ਕੱਪੜਾ ਮਿਲ ਜਾਂਦਾ ਹਨਾ ਹਾਂਜੀ ਬਹੁਤ ਸੌਫਟ ਹੁੰਦਾਗਾ ਇਹਦੇ ਨਾਲ ਕੋਈ ਸਕ੍ਰੈਚ ਨਹੀਂ ਮੈਂ ਤੇ ਵਧੀਆ ਸਾਫ ਹੋ ਜਾਂਦੇ ਨੇ ਮਤਲਬ ਤੇ ਜਿਹੜੀ ਆਪਾਂ ਟ੍ਰਿਕ ਹੁਣ ਵਰਤਣ ਲੱਗੇ ਜੀ ਉਹਦੇ ਨਾਲ ਹੁਣ ਜਿਵੇਂ ਠੰਡ ਚ ਬਹੁਤ ਪ੍ਰੋਬਲਮ ਦੇ ਬਾਰ ਬਾਰ ਆਪਾਂ ਨੂੰ ਐਨਕਸ ਸਾਫ਼ ਕਰਨੀ ਪੈਂਦੀ ਹੈਗੀ ਹਾਂਜੀ ਮਤਲਬ ਧੂਆਂ ਜੀ ਦੀ ਪ੍ਰੋਬਲਮ ਵਾਲੀ ਆਉਂਦੀ ਆ ਟਾਈਮ ਚ ਆ ਕੇ ਰਵਣ ਹਾਂਜੀ ਤੁਹਾਨੂੰ ਦਜਮ ਜਾਂਦੀ ਆ ਜਾਂ ਕਈ ਵਾਰ ਤਰੇਲ ਪੈਂਦੀ ਉਹਦੇ ਛਿੱਟੇ ਲੱਗ ਜਾਂਦੇ ਨੇਗੇ ਤੇ ਬਾਰ ਬਾਰ ਆਪਾਂ ਮਤਲਬ ਦਿੱਕਤ ਆਉਂਦੀ ਉਹਨੂੰ ਸਾਫ਼ ਕਰਨ ਲਈ ਤੇ ਉਹਦੇ ਵਾਸਤੇ ਆਪਾਂ ਫੌਗ ਫ੍ਰੀ ਕਿਵੇਂ ਬਣਾ ਸਕਦੇ ਹਾਂਗੇ ਹਾਂਜੀ ਉਹਦੇ ਵਾਸਤੇ ਬਾਜ਼ਾਰ ਅਜਿਹੇ ਜਿਹੜੇ ਸੀਸੇ ਆਉਂਦੇ ਨੇ ਮਹਿੰਗੇ ਮਹਿੰਗੇ ਫੌਗ ਫ੍ਰੀ अच्छा जी वो हां रमन वो तो मैं पता भी कीते सीगे वो जिडे ते मतलब ਧੁੰਦ ਨਹੀਂ ਜੰਮਦੀ ਤੇ ਪਾਣੀ ਵੀ ਨਹੀਂ ਖੜਦਾ ਉਹ ਤਾਂ ਸੀਸੀ ਵਾਲੇ ਮਹਿੰਗੇ ਹੁੰਦੇ ਨੇ ਹਾਂਜੀ ਪਰ ਉਹ ਆਪਾਂ ਘਰੀ ਤਿਆਰ ਕਰ ਸਕਦੇ ਹਾਂ ਬਸ ਇਹ ਆਪਣੀ ਚੀਜ਼ਾਂ ਅਕਸਰ ਹੁੰਦੀਆਂ ਹੀ ਨਹੀਂ ਕਰੇ ਜਿਵੇਂ ਬੈਸਲੀਨ ਹੋ ਗਈ ਜੀ ਇਹ ਤਾਂ ਕਹਿੰਦੇ ਰਮਣੇ ਉਹ ਤਾਂ ਕਹਿੰਦੇ 5-5000 ਦੇ ਲੈਂਜ ਵੀ ਆਉਂਦੇ ਆ ਜਿਹੜੇ ਉਹ मतलब ਜਿਨ੍ਹਾਂ ਤੇ ਧੁੰਦ ਨਹੀਂ ਜੰਮਦੀ ਹਾਂਜੀ ਹਾਂਜੀ ਸਹੀ ਗੱਲ ਆ ਜੀ ਤੇ ਆ ਦੇਖੋ ਜੀ ਬਿਲਕੁਲ ਸਾਫ਼ ਹੋ ਗਏ ਕਿੰਨੀ ਵਧੀਆ ਹੋ ਗਈਆਂ ਨੇ ਕਿ ਆਪਣੀ ਹਾਂਜੀ ਇਹ ਤਾਂ ਚਮਕਨ ਲਾਤੀ ਰਹਿਣਾ ਯਾਰ ਤੂੰ ਹਾਂਜੀ ਤੇ ਹੁਣ ਆਪਾਂ ਥੋੜੀ ਜੀ ਬੈਸਲੀਨ ਲੈਣੀ ਨੇ ਜੀ ਠੀਕ ਹੈ ਜੀ ਤੇ ਲੈ ਲੈ ਨੇ ਥੋੜੀ ਆਪਾਂ ਕਾਟਨ ਲੈ ਕੇ ਇਹਦੇ ਬਿਲਕੁਲ ਥੋੜੀ ਜਿਹੀ ਲਗਾ ਲੈਣੀ ਆ ਤੇ ਦੋਨੇ ਸਾਈਡਾਂ ਤੇ ਲਗਾ ਦਾਂਗੇ ਜੀ ਇਹ ਵੀ ਠੀਕ ਹੈ ਜੀ ਇਹ ਬੈਸਲੀਨ ਮਾਰ ਦੇਣੀ ਆ ਤੇ ਬੈਸਲੀਨ ਨਾਲ ਤੁਹਾਨੂੰ ਫੇਰ ਤੁੰਦਲੀ ਜੀ ਹੋ ਜੂਗੀ ਹਾਂਜੀ ਦੱਸ ਦਿਆਂ ਜੀ ਇਹਦੇ ਨਾਲ ਚਕਨਾਟ ਜੀ ਫੜ ਜੂਗੀ ਤੇ ਕੋਈ ਵੀ ਮਤਲਬ ਇਹ ਤੇ ਪਾਣੀ ਤੁੰਦ ਦਾ ਤੇਲ ਕੁਝ ਨਹੀਂ ਖੜਨਾ ਤੇ ਇਹਨਾਂ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਜੀ ਬਾਅਦ ਵਿੱਚ ਮਤਲਬ ਤੁੰਦ ਜੀ ਜੰਮਣੋਂ हट ਜੂਗੀ ਇਹਦੇ ਤੇ ਹਾਂਜੀ ਹਾਂਜੀ ਬਹੁਤ ਵਧੀਆ ਹੋ ਜੂ ਜੀ ਇਹ ਆਪਾਂ ਰੋਜ਼ ਵੀ ਅਪਣਾ ਸਕਦੇ ਹਾਂ ਇਹ ਤਰੀਕਾ ਚੰਗੀ ਤਰ੍ਹਾਂ ਸਾਫ਼ ਕਰਕੇ ਠੀਕ ਹੈ ਜੀ ਤੁੜ ਜਿਵੇਂ ਬਾਰੰਦਰਿਆਂ ਤੇ ਬਹੁਤ ਦਿੱਕਤ ਆਉਂਦੀ ਈ ਵਾਰ-ਵਾਰ ਸਾਫ ਕਰਨੀ ਜਿਵੇਂ ਹੁਣ ਕਈ ਵਾਰੀ ਆਪਾਂ ਬਾਈਕ ਬੂਕਿੱਤੇ ਜਾਣਾ ਦੋਸਤੋ ਹਨਾ ਤਾਂ ਕਈ ਵਾਰੀ ਹੁਣ ਜਿਵੇਂ ਮੂਹਰੇ ਪਾਣੀ ਖੜ ਗਿਆ ਜਾਂ ਧੁੰਦ ਖੜ ਗਈ ਤੇ ਉਦੋਂ ਫਿਰ ਕਈ ਵਾਰੀ ਤਾਂ ਐਕਸੀਡੈਂਟ ਹੁੰਦਾ ਵੀ ਰਮਨ ਖਤਰਾ ਆ ਜਾਂਦਾ ਹਾਂਜੀ ਹਾਂਜੀ ਤੇ ਥੋੜਾ ਪਹਿਲਾਂ ਆਪਾਂ ਨੂੰ ਨੈਪਕਿਨਾਂ ਸਾਫ ਕਰ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਨੂੰ ਕੱਪੜੇ ਨਾਲ ਸਾਫ ਕਰ ਲਾਂਗੇ ਹਲਕਾ ਹਲਕਾ ਨੈਪਕਿਨ ਵਰਤ ਲਾਂਗੇ ਜੀ ਹੂੰ ਤੇ ਫਿਰ ਉਸ ਤੋਂ ਬਾਅਦ ਆਪਾਂ ਕੱਪੜੇ ਨਾਲ ਸਾਫ ਕਰ ਦਾਂਗੇ ਜੀ ਨਾਲੇ ਤਾਂ ਬਹੁਤ ਵਧੀਆ ਸਾਫ ਹੋ ਜਾਣਗੀਆਂ ਨਾਲੇ ਫਾਗ ਫਰੀ ਬਣ ਜਾਣੀਆਂ ਜੀ ਠੀਕ ਹੈ ਜੀ ਧੁੰਦ ਨਾਲ ਦੁਆਜ ਜੰਮ ਗਈ ਹੈ ਨਹੀਂ ਨਹੀਂ ਜੀ ਧੁੰਦ ਨਾਲ ਨਹੀਂ ਜੰਮਦੀ ਕਿਉਂਕਿ ਠੰਡ ਚ ਤਾਂ ਬਹੁਤ ਦਿੱਕਤ ਆਉਂਦੀ ਹੈ ਜੀ ਬਾਰ-ਬਾਰ ਮਤਲਬ ਐਨਕਾ ਸਾਫ ਕਰਨੀਆਂ ਪੈਂਦੀਆਂ ਨੇ ਆਪਾਂ ਨੂੰ ਹਮ ਆਪਣੀ ਭਾਹ ਮੂੰਹ ਦੀ ਭਾਹ ਨਾਲ ਹੀ ਜਾਂਮੇ ਜਾਂਦਾ ਜੀ ਹਮ ਚਲੋ ਜੀ ਇਹਨਾਂ ਆਪਾਂ ਚੰਗੀ ਤਰ੍ਹਾਂ ਕੱਪੜੇ ਨਾਲ ਦੁਬਾਰਾ ਫੇਰ ਸਾਫ ਕਰ ਲਾਂਗੇ ਤੇ ਇਹ ਬਣ ਗਏ ਜੀ ਫੌਗ ਫਰੀ ਤੇ ਤੁਹਾਨੂੰ ਮੈਂ ਪਾਣੀ ਵੀ ਇੱਥੇ ਸਿਰਕ ਕੇ ਦਿਖਾਉਂਗੀ ਥੱਲੇ ਜਾਊਗਾ ਜੀ ਪਾਣੀ ਜਿਹੜਾ ਆਪਾਂ ਸਿਟਕਾਂਗੇ ਇਹਦੇ ਉੱਪਰ ਪਾਣੀ ਬਿਲਕੁਲ ਵੀ ਨਹੀਂ ਖੜਨਾ ਹੈ ਨਹੀਂ ਨਹੀਂ ਜੀ ਇਹਨਾਂ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਪਹਿਲਾਂ ਲੋ ਜੀ ਕੱਪੜੇ ਨਾਲ ਚੰਗੂ ਤਰ੍ਹਾਂ ਸਾਫ਼ ਕਰਨ ਤੋਂ ਬਾਅਦ ਤੁਸੀਂ ਦੇਖਦੇ ਹੋ ਕਿੰਨੀ ਜਿਆਦਾ ਸਾਫ਼ ਹੋ ਗਈ ਚਮਕਣ ਲੱਗੀ ਰਹਿਣ ਇਹਦੇ ਤਾਂ ਇੱਕ ਦਾਗ ਵੀ ਨਹੀਂ ਰਿਹਾ ਯਾਰ ਮਾੜਾ ਜੀ ਇੱਧਰ ਕਰੀ ਸਾਹਮਣੇ ਚਾ ਰਣ ਦੇ ਜੀ ਹਾਂ ਜੀ ਹਾਂ ਜੀ ਚਮਕਣਾ ਤਾਂ ਜੀ ਇੱਕ ਪਾਸੇ ਰਹਿ ਗਿਆ ਪਰ ਇਹ ਤੇ ਕੋਈ ਵੀ ਮਤਲਬ ਧੁੰਦ ਨਹੀਂ ਜੰਮੂਗੀ ਜਿਵੇਂ ਹੁਣ ਆਪਾਂ ਐ ਕਰਕੇ ਜੀ ਮੈਂ ਪਪਾ ਵੇ ਉਹ ਕਰ ਦਿਆਂ ਜੀ ਤਾਂ ਉਹ ਤੋਂ ਜਿਵੇਂ ਜੰਮ ਜਾਂਦੀ ਸੀਗੀ ਪਹਿਲਾਂ ਤਾਂ ਨਾਲ ਦੀ ਨਾਲ ਹੀ ਉੱਡ ਜੂਗੀ ਬਹੁਤ ਵਧੀਆ ਤਰੀਕਾ ਹੈ ਪੱਕੀ ਗਾਰੰਟੀ ਰਹੂਣ ਪੱਕੀ ਗਾਰੰਟੀ ਹੈ ਮਾਰੀ ਮੜੀ ਫੂਗ ਆ ਦੇਖੋ ਜੀ ਤੇ ਨਾਲ ਦੀ ਨਾਲ ਹੀ ਉੱਡ ਗਈ ਜ ਉੜਦੀ ਕੀ ਗੱਲ ਬੱਕੀ ਆ ਓਏ ਦੁਆਰ ਦਿਖਾਉਣੀ ਆ ਜੀ ਆ ਦੇਖੀ ਜਾ ਆ ਦੇਖੋ ਜੀ ਹੁਣ ਉੜਦੀ ਵੀ ਦੇਖਿਓ ਤੁਸੀਂ ਹੂੰ ਬਾਕੀ ਯਾਰ ਸਹੀ ਗੱਲ ਆ ਇਹ ਤਾਂ ਸੱਚੀ ਰਮਣੇ ਫੌਗ ਪ੍ਰੂਫ ਹੋ ਗਈ ਹਨ ਹਾਂਜੀ ਫੌਗ ਪ੍ਰੂਫ ਹੋ ਗਈ ਜੀ ਤੇ ਬਹੁਤ ਵਧੀਆ ਤਰੀਕਾ ਆ ਜੀ ਤੇ ਜਰੂਰ ਅਪਣਾਓ ਕੋਈ ਮਤਲਬ ਇਹ ਖਰਾਬ ਨਹੀਂ ਹੁੰਦੀ ਆਪਣੀ ਜਿਹੜੀ ਸਪੈਕਸ ਹੈਗੀ ਵਧੀਆ ਰਹੂਗੀ ਤੇ ਥੋੜੀ ਬਸ ਵੈਸਲੀਨ ਲਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਤੇ ਇੱਕ ਹੋਰ ਤਰੀਕਾ ਜੀ ਵੈਸਲੀਨ ਲਾਉਣ ਤੋਂ ਬਾਅਦ ਆਪਾਂ ਇੱਕ ਆਲੂ ਲੈ ਲੈਣਾ ਠੀਕ ਹੈ ਜੀ ਜੇਕਰ ਮਤਲਬ ਵੀ ਕਰਨਾਂ ਤਾਂ ਕਰ ਵੀ ਸਕਦੇ ਨੇ ਨਾ ਵਧੀਆ ਸਾਫ਼ ਹੋ ਜਾਂਦੇ ਆ ਤੇ ਲੈ ਆਪਾਂ ਕੱਲੀ ਵੈਸਲੀਨ ਵੀ ਲਾ ਸਕਦੇ ਹਾਂ ਠੀਕ ਹੈ ਜੀ ਵੈਸਲੀਨ ਵੀ ਮਤਲਬ ਪੂਰਾ ਕੰਮ ਕਰੂਗੀ ਤੇ ਇਹ ਆਲੂ ਦਾ ਆਪਾਂ ਕੀ ਕਰਨਾ ਰਹਿਣ ਆਲੂ ਆਪਾਂ ਪਿੱਛੋਂ ਲਾਵਾਂਗੇ ਜੀ ਇਹਦੇ ਉੱਪਰ ਠੀਕ ਹੈ ਜੀ ਬਸ ਥੋੜਾ ਥੋੜਾ ਦੋਨੇ ਸਾਈਡਾਂ ਤੇ ਲਗਾਵਾਂਗੇ ਹੂੰ ਤੇ ਉਸ ਤੋਂ ਬਾਅਦ ਇਹਨੂੰ ਵੀ ਸਾਫ਼ ਕਰ ਲਾਂਗੇ ਜੀ ਤੇ ਵਾਟਰ ਪ੍ਰੂਫ ਵੀ ਹੋ ਜਾਊਗੀ ਰਹਿਣ ਹਾਂਜੀ ਵਾਟਰ ਪ੍ਰੂਫ ਤਾਂ ਹੋਈ ਗਈ ਜੀ ਵੈਸਲੀਨ ਲਾਉਣ ਤੋਂ ਬਾਅਦ ਹੀ ਹਾਂਜੀ ਤੇ ਹੁਣ ਆਪਾਂ ਇਹਨੂੰ ਫੇਰ ਦੁਬਾਰਾ ਤੋਂ ਸਾਫ਼ ਕਰ ਲਾਂਗੇ ਜੀ ਠੀਕ ਹੈ ਜੀ ਮਤਲਬ ਇਹ ਵੀ ਇਹਦੇ ਤੇ ਇੱਕ ਹੋਰ ਕੋਟਿੰਗ ਹੋਊਗੀ ਹਾਂਜੀ ਹਾਂਜੀ ਮਤਲਬ ਮਹਿੰਗੇ ਸ਼ੀਸ਼ੇ ਬਣ ਗ ਮੰਗੇ ਸ਼ੀਸ਼ੇ ਬਣ ਗਏ ਜੀ ਮੈਂ ਕਿਹ ਸ਼ੀਸ਼ੇ ਬਣ ਗਏ ਤੇ ਆਪਾਂ ਮਹੰਗੇ ਸ਼ੀਸ਼ੇ ਦੋਸਤੋ ਘਰੀ ਬਣਾ ਸਕਦੇ ਹਾਂ ਤਾਂ ਰਮਨ ਬਾਕੀ ਯਾਰ ਬੜੀ ਕਮਾਲ ਦੀ ਟਰਿਕ ਹੈ ਮਹੰਗੇ ਵੀ ਬਣਾ ਸਕਦੇ ਹਾਂ ਜੀ ਪਰ ਜਿਹੜੀ ਆਪਾਂ ਨੂੰ ਪਰੇਸ਼ਾਨੀ ਆਉਂਦੀ ਸੀਗੀ ਵੀ ਵਾਰ-ਵਾਰ ਆਪਣਾ ਐਨਕਸ ਸਾਫ਼ ਕਰਨੀ ਪੈਂਦੀ ਸੀ ਸਫ਼ਰ ਦੌਰਾਨ ਤੇ ਉਹ ਤੋਂ ਉਹ ਵੀ ਹੱਲ ਹੋ ਗਿਆ ਜੀ ਹੁਣ ਠੰਡ 'ਚ ਤਾਂ ਅਕਸਰ ਆਪਣੀ ਜਿਹੜੀ ਐਨਕ ਵਾਰ-ਵਾਰ ਸਾਫ਼ ਕਰਨੀ ਪੈਂਦੀ ਨਹੀਂ ਜੀ ਉਹ ਰਮਨ ਆਹ ਤਿੰਨ ਚਾਰ ਦਿਨ ਦੀ ਧੁੰਦ ਪੈਣ ਲੱਗੀ ਤੇ ਮੈਂ ਤਾਂ ਬਹੁਤ ਪਰੇਸ਼ਾਨ ਹੋਇਆ ਸੀ ਇਸ ਗੱਲ ਤੋਂ ਫਿਰ ਮੈਂ ਚੱਲ ਮੈਂ ਰਮਨ ਨੂੰ ਪੁੱਛਾਂ ਯਾਰ ਮੈਂ ਕਿਹਾ ਵੀ ਰਮ ਕੀ ਕੋਈ ਹੋਵੇ ਇਹਦਾ ਹੰਦੀ ਆ ਜੀ ਉਹਦੀ ਵਾਇਆ ਕਰਕੇ ਜਿਹੜੀ ਪਰੇਸ਼ਾਨੀ ਆਉਂਦੀ ਆ ਉਹ ਬਹੁਤ ਦਿੱਕਤ ਆ ਰਹੀ ਸੀ ਤੇ ਬਸ ਬੈਸ ਲੈਣੀ ਲਾ ਸਕਦੇ ਜੀ ਬਾਅਦ ਚ ਆਪਾਂ ਚੰਗੀ ਤਰ੍ਹਾਂ ਵਧੀਆ ਰਿਜ਼ਲਟ ਚਾਹੁੰਦੇ ਆ ਤਾਂ ਆਪਾਂ ਲੂ ਇਹਦੇ ਉੱਤੇ ਲਾਸਟ ਲਾ ਕੇ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰ ਸਕਦੇ ਹਾਂ ਮਤਲਬ ਜੇ ਆਪਣੀ ਐਨਕ ਸਾਫ਼ ਪਈ ਹੁਣ ਇਹ ਤਾਂ ਜਿਵੇਂ ਚਲੋ ਖਰਾਬ ਹੋਈ ਪਈ ਸੀ ਥੋੜੀ ਜੀ ਰੇਤਾ ਮਿੱਟੀ ਸੀ ਤਾਂ ਆਪਾਂ ਕੋਲਗੇਟ ਸਕਿਪ ਕਰਕੇ ਕੱਲੀ ਬੈਸਲਿਨ ਵੀ ਲਾ ਸਕਦੇ ਹਾਂ ਹਾਂਜੀ ਹਾਂਜੀ ਹੂੰ ਕੱਲੀ ਬੈਸਲਿਨ ਲਾ ਕੇ ਵੀ ਚੰਗੀ ਤਰ੍ਹਾਂ ਸਾਫ਼ ਕਰਕੇ ਇਹਨੂੰ ਫੌਗ ਫਰੀ ਬਣਾ ਸਕਦੇ ਹਾਂ ਜੇਕਰ ਸਕ੍ਰੈਚ ਪਏ ਨੇ ਗੰਦੀ ਹੋਈ ਪਈ ਆ ਫਿਰ ਆਪਾਂ ਇਹਨੂੰ ਕੋਲਗੇਟ ਲਾ ਕੇ ਚੰਗੀ ਤਰ੍ਹਾਂ ਸਾਫ਼ ਕਰ ਸਕਦੇ ਹਾਂ ਜੀ ਠੀਕ ਹੈ ਜੀ ਤੇ ਹੁਣ ਪਾਣੀ ਲਾ ਕੇ ਦਿਖਾਈਏ ਰਹੁਣ ਆਪਣੇ ਦੋਸਤਾਂ ਨੂੰ ਹਾਂਜੀ ਚਲੋ ਜੀ ਲਾ ਰਹੁਣ ਪਾਣੀ ਤਾਂ ਮੈਂ ਲਿਆਂਦਾ ਤੇ ਹੁਣ ਆਪਣੇ ਦੋਸਤਾਂ ਨੂੰ ਵਾਟਰ ਪ੍ਰ ਹਮਮ ਪਾਣੀ ਆ ਜਿਹੜਾ ਦੇਖੋ ਜੀ ਗੱਲ ਵਾ ਕਿਉਂ ਪਾਣੀ ਵੀ ਨਹੀਂ ਰਹਿਣਾ ਖੜ ਰਿਹਾ ਇਹਦੇ ਤੇ ਤਾਂ ਕਿਤੇ ਦੇਖੋ ਦੋਸਤੋ ਕਿਤੇ ਵੀ ਛਿੱਟਾ ਵੀ ਨਹੀਂ ਤੁਹਾਨੂੰ ਖੜਾ ਦੇਖਣਾ ਇਹਦੇ ਤੇ ਦੁਬਾਰੇ ਪਾਈ ਰਹਿਣਾ ਆ ਦੇਖੋ ਜੀ ਮੜ ਰਹਾ ਹੈਦਰ ਕਲਰ ਜਿਹੇ ਤੇ ਕਰੀ ਨੂੰ ਜਮਾ ਇੱਕ ਇੱਕ ਛਿੱਟਾ ਵੀ ਨਹੀਂ ਰਹਿਣ ਕਿਤੇ ਖੜ ਰਿਹਾ ਯਾਰ ਲਓ ਦੋਸਤੋ ਦੇਖੋ ਕਿਤੇ ਇੱਕ ਛਿੱਟਾ ਵੀ ਨਹੀਂ ਰੁਕ ਰਿਹਾ ਇਹਦੇ ਤੇ ਹਾਂਜੀ ਤੇ ਇਹ ਬਹੁਤ ਵਧੀਆ ਤਰੀਕਾ ਜੀ ਬੈਸ ਨਹੀਂ ਲਾ ਕੇ ਆਪਾਂ ਜਿਹੜੀਆਂ ਐਣਕਾਂ ਨੇ ਉਹਨਾਂ ਨੂੰ ਫੌਗ ਫਰੀ ਬਣਾ ਸਕਦੇ ਆ ਕੋਲਗੇਟ ਨਾਲ ਇਹਨੂੰ ਸਾਫ਼ ਕਰ ਸਕਦੇ ਆ ਤੇ ਜਿਹੜਾ ਆਪਾਂ ਉੱਪਰ ਆਲੂ ਲਾਇਆ ਇਹਦੇ ਨਾਲ ਮਤਲਬ ਵੀ ਜਿਹੜਾ ਕੋਈ ਵੀ ਤੁੰਡਲਾ ਪੰਜਾ ਨਾ ਰਵੇ ਉਹ ਉਹਦੇ ਵਾਸਤੇ ਆਪਾਂ ਆਲੂ ਲਗਾ ਸਕਦੇ ਹਾਂ ਜੀ ਇਹ ਤਿੰਨ ਤਰੀਕੇ ਨੇ ਜੀ ਤਿੰਨਾਂ ਚੋਂ ਆਪਾਂ ਕੋਈ ਵੀ ਅਪਣਾ ਸਕਦੇ ਹਾਂਗੇ ਫੌਗ ਫਰੀ ਬਣਾਉਣ ਵਾਸਤੇ ਤੇ ਕੋਲਗੇਟ ਆ ਜਿਹੜੀ ਉਹ ਆ ਗਈ ਜੀ ਵੀ ਜਿਹੜੇ ਸਕ੍ਰੈਚ ਨੇ ਦਾਗ ਨੇ ਗੰਦੀ ਹੋਈ ਪਈ ਆ ਉਹਨੂੰ ਸਾਫ ਕਰਨ ਵਾਸਤੇ ਜੀ ਠੀਕ ਹੈ ਜੀ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸੇਵ ਜ਼ਰੂਰ ਕਰਿਓ ਜੀ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਵੀਡੀਓ ਦੇਖਣੇ ਤੁਹਾਡਾ ਬਹੁਤ-ਬਹੁਤ ਧੰਨਵਾਦ